ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ। ਮੈਂ ਹਾਂ ਗਜ਼ਲ ਸਚਦੇਵਾ। ਨਜ਼ਰ ਪਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਹੋਏ ਪੇਸ਼, ਸੌਂਪੀ ਸੀ ਲਿਫਾਫੇਬੰਦ ਚਿੱਠੀ। ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੁਖਬੀਰ ਬਾਦਲ ਦਿੱਤੇ ਗਏ ਤਨਖਾਹਾਂ ਕਰਾਰ। ਸੁਖਬੀਰ ਬਾਦਲ ਨੂੰ ਸਜ਼ਾ ਲਾਏ ਜਾਣ ਤੋਂ ਬਾਅਦ ਸਿੰਘ ਸਾਹਿਬਾਨਾਂ ਨੇ ਕੀਤੀ ਪ੍ਰੈਸ ਕਾਨਫਰੰਸ। ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਕੀਤੀ ਅਪੀਲ। ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ। ਸੁਖਬੀਰ ਬਾਦਲ 15 ਦਿਨਾਂ ਅੰਦਰ ਸੰਗਤ ਵਿੱਚ ਪਹੁੰਚ ਕੇ ਨਿਮਾਣੇ ਸਿੱਖ ਵਾਂਗ ਮੰਗਣ ਮੁਆਫੀ। ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਬਿਆਨ। ਸੁਖਬੀਰ ਬਾਦਲ ਨੇ ਡਿਪਟੀ ਸੀਐਮ ਦੇ ਪ੍ਰਧਾਨ ਹੁੰਦਿਆਂ ਅਜਿਹੇ ਫੈਸਲੇ ਲਏ, ਪੰਥਕ ਸੋਚ ਦੇ ਅਕਸ ਨੂੰ ਢਾ ਲੱਗੀ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ, ਸੁਖਬੀਰ ਬਾਦਲ ਦੇ ਫੈਸਲਿਆਂ ਵਿੱਚ ਭਾਈਵਾਲ 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 15 ਦਿਨ ਵਿੱਚ ਦੇਣ ਜਵਾਬ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਸੁਖਬੀਰ ਬਾਦਲ ਨੇ ਦਿੱਤਾ ਬਿਆਨ। ਮੀਰੀ ਪੀਰੀ ਦੇ ਸਰਵਉੱਚ ਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮ ਨੂੰ ਦਾਸ ਸਿਰ ਨੀਵਾਂ ਕਰ ਪ੍ਰਵਾਨ ਕਰਦਾ ਹੈ। ਹੁਕਮ ਮੁਤਾਬਕ ਜਲਦ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਖਿਮਾ ਜਾਚਨਾ ਕਰਾਂਗਾ ਜੀ। ਸੁਖਬੀਰ ਬਾਦਲ ਤਨਖਾਹਾਂ ਕਰਾਰ ਦਿੱਤੇ ਜਾਣ ਬਾਅਦ ਬੋਲੀ ਬੀਬੀ ਜਗੀਰ ਕੌਰ। ਰਾਜਨੀਤਿਕ ਲੜਾਈਆਂ ਤਾਂ ਚੱਲਦੀਆਂ ਰਹਿਣੀਆਂ, ਜੋ ਧਾਰਮਿਕ ਭਾਵਨਾਵਾਂ ਕਤਲ ਹੋਈਆਂ ਸੀ ਉਸ ਦਾ ਹੱਲ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਲਈ ਆਏ ਹੁਕਮ ਤੇ ਬੋਲੇ ਦਲਜੀਤ ਚੀਮਾ। ਜੋ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਕੀਤਾ ਗਿਆ, ਸ਼੍ਰੋਮਣੀ ਅਕਾਲੀ ਦਲ ਉਸਨੂੰ ਸਿਰ ਨੀਵਾਂ ਕਰਕੇ ਪ੍ਰਵਾਨ ਕਰਦੀ ਹੈ। ਸੁਖਬੀਰ ਬਾਦਲ ਨੂੰ ਤਨਖਾਹਾਂ ਕਰਾਰ ਦੇਣ ਤੇ ਬਲਵਿੰਦਰ ਸਿੰਘ ਪੂੰਦੜ ਦਾ ਪਹਿਲਾ ਬਿਆਨ। ਬੋਲੇ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਪੰਜ ਸਿੰਘ ਸਾਹਿਬਾਨ ਦੀ ਅਹਿਮ ਇਕੱਤਰਤਾ ਤੇ ਐਸਜੀਪੀਸੀ ਮੈਂਬਰ ਭਗਵੰਤ ਸਿੰਘ ਸਿਆਲਕਾ ਬੋਲੇ, ਦੇਰ ਆਏ ਦਰੁਸਤ ਆਏ। ਸੁਖਬੀਰ ਬਾਦਲ, ਜੋ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਫੈਸਲਾ ਆਇਆ ਹੈ, ਉਹਨਾਂ ਨੂੰ ਸਿਰ ਮੱਥੇ ਰੱਖ ਨਿਭਾਉਣਾ ਚਾਹੀਦਾ ਹੈ। 31 ਅਗਸਤ ਨੂੰ ਗੁਰਪ੍ਰਤਾਪ ਸਿੰਘ ਵਡਾਲਾ ਨੇ ਬੁਲਾਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਬੈਠਕ। ਪ੍ਰੈਜ਼ੀਡੀਅਮ ਸਮੇਤ ਸਲਾਹਕਾਰ ਬੋਰਡ ਤੇ ਐਗਜ਼ੀਕਿਊਟਿਵ ਦੇ ਨਵੇਂ ਬਣੇ ਸਾਰੇ ਮੈਂਬਰ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਚੰਡੀਗੜ੍ਹ ਵਿਖੇ ਸੰਸਦ ਮੈਂਬਰ ਮੀਤ ਹੇਅਰ ਤੇ ਆਮ ਆਦਮੀ ਪਾਰਟੀ ਬੁਲਾਰਾ ਨੀਲ ਗਰਗ ਨੇ ਖੇਡਾਂ ਵਤਨ ਪੰਜਾਬ ਸੀਜ਼ਨ 3 ਤੇ ਕੀਤੀ ਪ੍ਰੈਸ ਕਾਨਫਰੰਸ। ਪ੍ਰੈਸ ਕਾਨਫਰੰਸ ਦੌਰਾਨ ਮੀਤ ਹੇਅਰ ਨੇ ਸੁਖਬੀਰ ਬਾਦਲ ਨੂੰ ਤਨਖਾਹਾਂ ਕਰਾਰ ਦੇਣ ਤੇ ਕੱਸਿਆ ਤੰਜ। ਬੋਲੇ, ਜੇ ਸੁਖਬੀਰ ਬਾਦਲ ਵਿੱਚ ਨੈਤਿਕਤਾ ਬਚੀ ਹੈ ਤਾਂ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੈਪ ਸਿਨਹਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਖਾਦ ਮੰਤਰੀ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ। ਬਠਿੰਡਾ ਰਾਮਪੁਰਾ ਫੁੱਲ BKU ਕ੍ਰਾਂਤੀਕਾਰੀ ਦੀ ਮਹਿਲਾ ਆਗੂ ਸੁਖਵਿੰਦਰ ਕੌਰ ਦੇ ਘਰ ਤੇ NIA ਨੇ ਮਾਰਿਆ ਛਾਪਾ। ਦੂਜੇ ਪਾਸੇ ਕਿਸਾਨ ਰਹੇ ਧਰਨੇ ਤੇ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਕੀਤਾ ਐਲਾਨ, ਜਦੋਂ ਤੱਕ ਛਾਪੇਮਾਰੀ ਦਾ ਕਾਰਨ ਨਹੀਂ ਦੱਸਿਆ ਜਾਂਦਾ ਉਦੋਂ ਤੱਕ ਕਿਸੇ ਨੂੰ ਵੀ ਲੰਘਣ ਨਹੀਂ ਦਿੱਤਾ ਜਾਵੇਗਾ। ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ। ਵਾਹਿਗੁਰੂ ਦਾ ਅਦਾ ਕੀਤਾ ਸ਼ੁਕਰਾਨਾ ਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ। ਪਟਿਆਲਾ ਦੇ ਪਿੰਡ ਦੇਵੀਨਗਰ ਵਿੱਚ ਪੰਚਾਇਤੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਬਜ਼ੁਰਗ ਦਾ ਕੀਤਾ ਗਿਆ ਬੇਰਹਿਮੀ ਨਾਲ ਕਤਲ। ਕੇਸ ਵਿੱਚ 26 ਸਾਲਾ ਆਰੋਪੀ ਕੁਲਦੀਪ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ। ਪਠਾਨਕੋਟ ਵਿੱਚ ਸਰਹੱਦ ਨੇੜੇ ਮੁੜ ਨਜ਼ਰ ਆਏ 7 ਸ਼ੱਕੀ। ਸ਼ੱਕੀ ਵਿਅਕਤੀਆਂ ਨੇ ਪਾਈ ਸੀ ਫੌਜ ਦੀ ਵਰਦੀ। ਡਰੋਨ ਨਾਲ ਖੋਜ ਜਾਰੀ।
ਕਪੂਰਥਲਾ ਦੇ ਰਾਣਾ ਗੁਰਜੀਤ ਸਿੰਘ ਰਾਣਾ ਸ਼ੂਗਰ ਲਿਮਿਟਿਡ ਨੂੰ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ 63 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ। ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਰਾਣਾ ਸ਼ੂਗਰ ਲਿਮਿਟਿਡ ਦੇ ਬੋਰਡ ਆਫ ਡਾਇਰੈਕਟਰਸ ਸਮੇਤ 5 ਫਰਮਾਂ ਤੇ 2 ਸਾਲਾਂ ਲਈ ਲਾ ਦਿੱਤੀ ਪਾਬੰਦੀ। ਨਵਾਂ ਸ਼ਹਿਰ ਵਿਖੇ ਪ੍ਰਭਾਤ ਫੇਰੀ ਤੋਂ ਆ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ। ਲੋਕ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਦਾ ਕੀਤਾ ਗਿਆ ਐਲਾਨ। ਉੱਘੇ ਕਵੀ ਵਿਜੇ ਵਿਵੇਕ ਨੂੰ ਮਿਲੇਗਾ ਸੁਰਜੀਤ ਪਾਤਰ ਕਾਵਿ ਲੋਕ ਪੁਰਸਕਾਰ। ਬਰਨਾਲਾ ਵਿਖੇ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਕਾਰਨ ਇੱਕ ਬੱਚੇ ਦੀ ਹੋਈ ਮੌਤ, ਮਾਤਾ ਪਿਤਾ ਅਤੇ ਭੈਣ ਗੰਭੀਰ ਜ਼ਖਮੀ। ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ।